ਅਰਜੁਨ ਦੇਵ ਕਹਿੰਦੇ ਨੇ ਮਨਾ, ਇਹੋ ਜਿਹੇ ਬੰਦੇ ਨੂੰ ਵੀ ਕਹਿ ਤੂੰ ਮਰਦੇ ਸਮੇਂ ਹੀ ਕਿਤੇ ਵਾਹਿਗੁਰੂ ਕਹਿ ਦੇ ਤੇ ਵਾਹਿਗੁਰੂ ਤੇਰੇ ਕਰੋੜਾਂ ਜਨਮਾਂ ਦੇ ਪਾਪ ਵੀ ਖਤਮ ਕਰ ਦੇਵੇ। ਜੀ ਅਰੇ ਓਲਾ ਨਾਮ ਕਹੋ ਸੀ ਬਾਣੀ ਚੋ ਲਾਂਗੇ। ਹਜ਼ੂਰ ਦਾ ਬਚਨ ਕਹਿ ਕਾਮ ਕ੍ਰੋਧ ਮੋਹ ਵਸ਼ ਕੀਆ, ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਉਨ ਅਗ ਕੀਏ, ਹੋਵਾ ਅਸੁਰ ਸ਼ੰਗਾਰ ਪੋਥੀ ਗੀਤ ਕਬਿਤ ਕਿਛ, ਕਦੇ ਨਾ ਕਰਨ ਧਰਿਆ ਚਿਤ ਆਵੇ ਓਸ ਪਾਰ ਬ੍ਰਹਮ, ਤਾਂ ਨਿਮਕ ਸਿਮਰਤ ਤਰਿਆ, ਨਿਮਕ ਸਿਮਰਤ ਤਰਿਆ। ਜੀ ਅਰੇ ਓਲਾ ਨਾਮ ਕਾ ਇੱਕ ਨਿਮਕ ਵਿੱਚ। ਹੁਣ ਆਪਾਂ ਬਾਣੀ ਚੋ ਇੱਕ ਸਲੋਕ ਸੰਸਕ੍ਰਿਤੀ ਲੈ ਲਈ, ਆਪ ਨੂੰ ਚੇਤੇ ਹੋਣਾ, ਘੋਰ ਦੁਖਿੰਗ ਅਨਕ ਹਾਤਿਅੰਗ ਜਨਮ ਦਾਰਿਦਰੰਗ ਮਾਂ ਬਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਲ ਭਸਮੰਗ ਕ੍ਰੋਧ। ਹੁਣ ਇਹਦੇ ਅਰਥ ਸਿਰਫ ਸੰਖੇਪ ਜਿਹਾ, ਬਾਣੀ ਪੜਨ ਵਾਲੇ ਬੈਠੇ ਹੋ ਤਾਂ ਇਹ ਸ਼ਬਦ ਚੁਣਿਆ ਸੀ। ਭਾਈ ਜਿੰਦ ਦਾ ਸਹਾਰਾ ਨਾਮ ਹੈ, ਨਾਮ ਦਾ ਪੱਲੂ ਘੁੱਟ ਕੇ ਪਕੜੀਏ। ਘੋਰ ਦੁਖਿਅੰਗ ਬੰਦੇ ਨੂੰ ਬਿਮਾਰੀ ਇਹੋ ਜਿਹੀ ਲੱਗ ਜਾਏ ਜਿਸ ਦਾ ਕੋਈ ਇਲਾਜ ਨਹੀਂ, ਕਈ ਵਾਰੀ ਬਿਮਾਰੀ ਮੌਤ ਦੇ ਮੂੰਹ ਤੱਕ ਲਿਜਾਂਦੀ ਹੈ। ਅਨਕ ਹਾਤਿਅੰਗ ਤੇ ਉਹਨੇ ਬਹੁਤ ਸਾਰੇ ਕਤਲ ਕੀਤੇ ਹੋਣ, ਪਤਾ ਨੀ ਕਿੰਨੇ ਕੁ ਕਤਲ ਕੀਤੇ ਨੇ। ਘੋਰ ਦੁਖਿਅੰਗ ਅਨਕ ਹਾਤਿਅੰਗ ਜਨਮ ਦਾਰਿਦਰੰਗ ਤੇ ਜਨਮਾਂ ਜਨਮਾਂ ਦਾ ਦਰਿਦਰੀ ਹੋਵੇ, ਆਲਸੀ ਹੋਵੇ। ਮਾਂ ਬਖਿਆਦੰਗ ਤੇ ਘਰ ਵਿੱਚ ਵੱਡੇ ਤੋਂ ਵੱਡਾ ਕਲੇਸ਼ ਪਾਈ ਰੱਖੇ। ਤੇ ਮਹਾਰਾਜ ਕਿ ਇਹੋ ਜਿਹੇ ਬੰਦੇ ਵੀ ਨਾਮ ਜਪ ਕੇ ਤਰ ਸਕਦੇ ਨੇ। ਘੋਰ ਦੁਖਿਅੰਗ ਅਨਕ ਹਾਤਿਅੰਗ ਜਨਮ ਦਰਿਦਰੰਗ ਮਾਂ ਬਖਿਆਦੰਗ। ਸਾਹਿਬ ਕਹਿੰਦੇ ਨੇ ਖਾਂ ਮਿਟੰਤ ਮਿਟ ਜਾਣਗੇ ਸਗਲ, ਸਗਲ ਦਰ ਤੇ ਜਿਹੜੇ ਉੱਤੇ ਗਿਣੇ ਨੇ ਸਾਰੇ ਕਿਵੇਂ ਜੀ, ਸਿਮਰੰਤ ਹਰ ਨਾਮ ਨਾਨਕ। ਜੀ ਅਰੇ ਓਲਾ ਨਾਮ ਕਾ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਕਿਵੇਂ ਮਿਟਣਗੇ, ਜੈਸੇ ਪਾਵਕ ਕਾਸ਼ਟ ਭਸਮੰਗ ਕਰੋਤ, ਜਿਵੇਂ ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ ਵੱਡੇ ਲੱਕੜਾਂ ਦੇ ਭੰਡਾਰ ਨੂੰ ਸਾੜ ਕੇ ਰਾਖ ਕਰ ਦਿੰਦੀ ਏ। ਇੱਕ ਖਿੰਨ ਦਾ ਜਪਿਆ ਹੋਇਆ ਨਾਮ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਸਾੜ ਕੇ ਰਾਖ ਕਰ ਦਿੰਦਾ। ਨਾਮ ਦਾ ਸਹਾਰਾ ਲੈ। ਇੱਕ ਇੱਥੇ ਦਾਸ ਸਿਰਫ ਉਦਾਹਰਨ ਦੇਣੀ ਚਾਹੇਗਾ, ਬਾਣੀ ਵਿੱਚ ਤਾਂ ਬੇਅੰਤ ਪ੍ਰਮਾਣ ਨੇ। ਸਾਹਿਬ ਨੇ ਕਿਹਾ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਕਿੱਥੇ ਕਲੰਕ ਰਹਿ ਗਏ ਜਿਨ੍ਹਾਂ ਬੰਦਗੀ ਕੀਤੀ। ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਏ ਨਿਸਤਾਰਾ, ਨਾਨਕ ਕੈਤ ਚੇਤ ਚਿੰਤਾ ਮਨ ਤੈ ਪੀ ਉਤਰੇ ਪਾਰਾ, ਸੂਆ ਪੜਾਵਤ ਕਨਕਾ ਤਰੀ ਸੋ ਹਰ ਨੈਨੂ ਕੀ ਪੁੱਤਰੀ। ਇੱਥੇ ਵੈਸ਼ਵਾ ਵਰਗੀਆਂ ਵੈਸ਼ਿਆਂ ਔਰਤਾਂ ਨਾਮ ਜਪ ਕੇ ਉਹ ਵੀ ਪਵਿੱਤਰ ਹੋ ਗਈਆਂ। ਇੱਕ ਉਦਾਹਰਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਪਵਿੱਤਰ ਜੀਵਨ ਵਿੱਚੋਂ ਕਹਿ ਕੇ ਸੰਪੰਨਤਾ ਕਰਾਂਗਾ। ਸਿਰਫ ਮੇਰੀ ਇੱਕ ਬੇਨਤੀ ਸੀ ਪ੍ਰਕਰਨ ਚੱਲਿਆ ਸੀ ਨਾਮ ਦਾ, ਕਿ ਜਿੰਦ ਦਾ ਸਹਾਰਾ ਨਾਮ ਹੈ। ਭਾਈ ਵੀਰ ਸਿੰਘ ਉਹਨਾਂ ਦੀ ਗੁਰਮੁਖ ਸਿੱਖਿਆ ਵਿੱਚ ਇਹ ਘਟਨਾ ਲਿਖੀ ਹੈ। ਕਹਿੰਦੇ ਨੇ ਇੱਕ ਸਾਡੇ ਬਾਲ ਸਿਖਾਈ ਮਿੱਤਰ ਸਨ, ਸ਼ਾਇਦ ਜੇ ਇੱਥੇ ਸੁਣਾਈ ਹੋਵੇ ਤੇ ਮੈਨੂੰ ਬਖਸ਼ ਦਿਆ ਜੀ। ਕਹਿੰਦੇ ਨੇ ਉਹ ਬਚਪਨ ਚ ਅਸੀਂ ਇਕੱਠੇ ਪੜ੍ਹੇ ਇਕੱਠੇ ਖੇਡੇ ਤੇ ਕਈ ਸਾਲਾਂ ਤੋਂ ਉਹ ਸਾਡੇ ਤੋਂ ਵਿਛੜ ਗਏ। ਇੱਕ ਦਿਨ ਉਹਨਾਂ ਦਾ ਸੁਨੇਹਾ ਮਿਲਿਆ, ਉਹਨਾਂ ਦੇ ਘਰੋਂ ਆਦਮੀ ਸੰਦੇਸ਼ ਲੈ ਕੇ ਆਇਆ ਭਾਈ ਸਾਹਿਬ ਨੂੰ। ਕਹਿੰਦੇ ਨੇ ਤੁਸੀਂ ਆਓ, ਅਸੀਂ ਤੁਹਾਨੂੰ ਮਿਲਣਾ ਚਾਹੁੰਦੇ। ਭਾਈ ਸਾਹਿਬ ਨੇ ਕਿਹਾ ਤੁਸੀਂ ਇੱਕ ਕੰਮ ਕਰੋ, ਜੇ ਮਿਲਣਾ ਹੀ ਚਾਹੁੰਦੇ ਨੇ ਤੇ ਉਹਨਾਂ ਨੂੰ ਸਾਡੇ ਕੋਲ ਭੇਜ ਦਿਓ। ਤੇ ਸੁਨੇਹ ਲਿਆਉਣ ਵਾਲੇ ਨੇ ਕਿਹਾ ਭਾਈ ਸਾਹਿਬ ਜੀ ਹੁਣ ਆਉਣ ਜੋਗੇ ਉਹ ਰਹੇ ਨਹੀਂ। ਉਹਨਾਂ ਕਿਹਾ ਸਾਡੀ ਉਮਰ ਦੇ ਆਉਣ ਜੋਗੇ ਨਹੀਂ ਰਹੇ।
ਕਹਿਣ ਲੱਗੇ ਉਹਨਾਂ ਨੂੰ ਬਿਮਾਰੀ ਐਸੀ ਲੱਗ ਗਈ ਏ ਉਹ ਤਾਂ ਮੰਜੇ ਤੋਂ ਵੀ ਨਹੀਂ ਉੱਠ ਸਕਦੇ। ਮੇਰੀ ਬੇਨਤੀ ਦੇ ਜਿੰਦ ਦਾ ਸਹਾਰਾ ਨਾਮ ਹੈ। ਭਾਈ ਸਾਹਿਬ ਦੇ ਅੰਦਰ ਤਰਸ ਆਇਆ ਤੇ ਉਹ ਚਲੇ ਗਏ ਉਹ ਸੱਜਣ ਦੇ ਘਰ। ਜਦੋਂ ਘਰ ਪਹੁੰਚੇ ਕੀ ਦੇਖਦੇ ਆ ਕਿ ਮੰਜੇ ਉੱਤੇ ਉਹ ਸੱਜਣ ਪਿਆ, ਤਨ ਉਹਦੇ ਉੱਤੇ ਚਿੱਟਾ ਕੱਪੜਾ ਦਿੱਤਾ, ਇੰਜ ਲੱਗਦਾ ਜਿਵੇਂ ਖੱਡੀਆਂ ਦੇ ਪਿੰਜਰ ਨੂੰ ਕਿਸੇ ਨੇ ਕੱਪੜੇ ਵਿੱਚ ਲਪੇਟਿਆ ਹੋ। ਭਾਈ ਸਾਹਿਬ ਸਰਾਣੇ ਚਲੇ ਗਏ, ਸਰਾਂਦੀ ਚਿਹਰੇ ਤੋਂ ਕੱਪੜਾ ਲਾਇਆ ਤੇ ਉਹਦੀਆਂ ਅੱਖਾਂ ਦੇਖੀਆਂ ਅੰਦਰ ਵੜੀਆਂ। ਭਾਈ ਸਾਹਿਬ ਦਾ ਚਿਹਰਾ ਦੇਖ ਕੇ ਉਹ ਰੋ ਪਿਆ। ਜਦੋਂ ਰੋਣ ਲੱਗਾ ਭਾਈ ਸਾਹਿਬ ਨੇ ਉਹਦੇ ਨਜ਼ਦੀਕ ਜਾ ਕੇ ਉਹਦੇ ਕੰਨ ਕੋਲ ਜਾ ਕੇ ਆਪਣਾ ਮੂੰਹ ਮੁੱਖ ਨੇੜੇ ਕੀਤਾ, ਕਹਿਣ ਲੱਗੇ ਧੀਰਜ ਰੱਖੋ, ਰੋ ਨਾ। ਉਹਨੇ ਬੜੀ ਐਸਤਾ ਐਸਤਾ ਕਿਹਾ, ਕਹਿੰਦਾ ਭਾਈ ਸਾਹਿਬ ਬਚਪਨ ਚ ਇਕੱਠੇ ਰਹੇ ਆ, ਭਜਨ ਬੰਦਗੀ ਕਰਨ ਵਾਲੀ ਰੂਹ ਹੋ, ਮੈਂ ਤੁਹਾਨੂੰ ਤਾਂ ਬੁਲਾਇਆ, ਪਤਾ ਨੀ ਕਿੰਨੇ ਕੁ ਬੱਜਰ ਪਾਪ ਕੀਤੇ ਨੇ, ਅੱਜ ਇਹਦੀ ਸਜ਼ਾ ਮਿਲਦੀ ਪਈ ਏ, ਤੁਸੀਂ ਅਰਦਾਸ ਕਰੋ ਮੇਰਾ ਸਰੀਰ ਤੋਂ ਖਹਿੜਾ ਛੁੱਟ ਜਾਏ, ਮੈਨੂੰ ਮੌਤ ਵੀ ਨਹੀਂ ਆਉਂਦੀ ਪਈ। ਸਤਿਆਨ ਦਿਆ ਜੀ ਤੁਸੀਂ ਅਰਦਾਸ ਕਰੋ। ਭਾਈ ਸਾਹਿਬ ਦਾ ਅੰਦਰ ਬਸੀਜ ਗਿਆ ਤੇ ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਭਾਈ ਤੂੰ ਆਪਣਾ ਇਸ਼ਟ ਕਿਨੂੰ ਮੰਨਦਾ, ਤੇਰਾ ਗੁਰੂ ਤੇਰਾ ਰੱਬ ਕੌਣ? ਕਹਿਣ ਲੱਗੇ ਮੇਰੇ ਇਸ਼ਟ ਤੇ ਗੁਰੂ ਨਾਨਕ ਸਾਹਿਬ ਨੇ। ਧੰਨ ਗੁਰੂ ਨਾਨਕ ਸਾਹਿਬ ਹੀ ਮੇਰਾ ਗੁਰੂ ਹੈ। ਤੇ ਭਾਈ ਸਾਹਿਬ ਨੇ ਸਿਰ ਤੇ ਹੱਥ ਰੱਖ ਕੇ ਕਿਹਾ, ਭਲੇ ਪੁਰਖਾ ਧੀਰਜ ਰੱਖ, ਹੌਸਲਾ ਨਾ ਛੱਡ, ਜੇ ਇਸ਼ਟ ਗੁਰੂ ਨਾਨਕ ਹੈ, ਗੁਰੂ ਨਾਨਕ ਸਾਈ ਹੈ, ਉਹ ਕਸਾਈ ਨਹੀਂ, ਸਾਈ ਪਾਲਦਾ ਹੈ ਤੇ ਕਸਾਈ ਕੋ ਕੇ ਮਾਰਦਾ, ਸਿਰਫ ਲੱਗਦਾ ਕੱਕਾ ਹੀ ਹੈ, ਸਾਈ ਰੱਖਦਾ ਹੈ, ਕਸਾਈ ਕੋਹਦਾ ਹੈ। ਕਹਿਣ ਲੱਗਾ ਹੁਣ ਮੇਰਾ ਕੋਈ ਇਲਾਜ ਨਹੀਂ। ਭਾਈ ਸਾਹਿਬ ਨੇ ਕਿਹਾ ਤੂੰ ਇੱਕ ਕੰਮ ਕਰ, ਆਪਣੀ ਬਿਰਤੀ ਚਾਰ ਚ ਫੇਰੇ ਉਹ ਸੰਕੋਚ ਲੈ, ਮੈਂ ਬੋਲਾਂਗਾ ਵਾਹਿਗੁਰੂ, ਤੂੰ ਮੇਰੇ ਪਿੱਛੇ ਬੋਲੀ। ਭਾਈ ਸਾਹਿਬ ਕੋਲ ਬੈਠ ਗਏ, ਉਹਦੇ ਚਿਹਰੇ ਤੋਂ ਕੱਪੜਾ ਲੱਥਾ ਹੋਇਆ। ਭਾਈ ਸਾਹਿਬ ਨੇ ਪਹਿਲਾ ਸ਼ਬਦ ਕਿਹਾ, ਗੁਰਮੁਖਾ ਇਹ ਸ਼ਬਦ ਵਰਤੇ, ਬੋਲ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ। ਉਹਨੇ ਧੀਮੀ ਆਵਾਜ਼ ਵਿੱਚ ਇਹ ਸ਼ਬਦ ਕਹੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ, ਫਿਰ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, ਬੋਲ ਹੁਣ ਵਾਹਿਗੁਰੂ। ਉਹ ਪਿੱਛੇ ਬੋਲਿਆ ਵਾਹਿਗੁਰੂ, ਫਿਰ ਬੋਲਿਆ ਉੱਚੀ ਵਾਹਿਗੁਰੂ। ਜਦੋਂ ਵਾਰ ਵਾਰ ਉਹ ਵਾਹਿਗੁਰੂ ਵਾਹਿਗੁਰੂ ਬੋਲਣ ਲੱਗਾ ਤੇ ਤੁਰਦਿਆਂ ਪਰਿਵਾਰ ਨੂੰ ਕਹਿਣ ਲੱਗੇ, ਹੁਣ ਇੱਕ ਕੰਮ ਕਰਿਓ, ਇਹਦੇ ਕੋਲ ਕੋਈ ਦੁਨੀਆਂ ਦੀ ਗੱਲ ਨਾ ਕਰਿਓ, ਇਹਨੂੰ ਵਾਹਿਗੁਰੂ ਜਪਣ ਦਿਓ ਤੇ ਕੋਲ ਵਾਹਿਗੁਰੂ ਬੋਲਿਓ, ਜਿਹਨੂੰ ਅੰਤਲੇ ਸਮੇਂ ਵਾਹਿਗੁਰੂ ਚੇਤੇ ਆ ਜਾਏ, ਉਹਦੀ ਜਿੰਦ ਨੂੰ ਕਦੀ ਰੁੱਲ ਨਹੀਂ ਦਿੰਦਾ। ਉਹਨਾਂ ਨਾਮ ਸ਼ੁਰੂ ਕਰ ਦਿੱਤਾ, ਸਿਮਰਨ ਸ਼ੁਰੂ ਕੀਤਾ, ਵਾਹਿਗੁਰੂ ਵਾਹਿਗੁਰੂ ਕਹਿਣ ਲੱਗਾ। ਜਦੋਂ ਪੜਿਆ ਤੇ ਦੇਖੋ ਕੋਈ ਗੱਲ ਬਾਣੀ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਨਹੀਂ। ਗੁਰਮੁਖ ਕੋਟ ਉਧਾਰਦਾ ਭਾਈ ਦੇ ਨਾਮ ਹੈ ਕਣ, ਗੁਰਮੁਖ ਕੋਲ ਤਾਕਤ ਹੈ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖ ਮਿਲਿਆ ਪਾਪ ਪਨਿੱਠਾ, ਕਹਿੰਦੇ ਨੇ ਗੁਰੂ ਕਾ ਸਿੱਖ ਕਿਤੇ ਅੰਤਲੇ ਸਮੇਂ ਮਿਲ ਜਾਏ, ਉਹਦਾ ਚਿਹਰਾ ਵੇਖੀ ਪਾਪ ਖਤਮ ਹੋ ਜਾਂਦੇ। ਭਾਈ ਸਾਹਿਬ ਦੀ ਰਚਨਾ ਹੈ, ਉਹਨੇ ਵਾਹਿਗੁਰੂ ਸ਼ਬਦ ਸ਼ੁਰੂ ਕਰ ਦਿੱਤਾ ਤੇ ਅੰਦਰ ਜੁੜ ਗਿਆ, ਕਿਉਂਕਿ ਉਦਾਸੀ ਸੀ। ਮੈਂ ਅਰਜ ਕੀਤਾ ਦੁੱਖ ਦਾਰੂ ਹੈ, ਪਰ ਸ਼ਰਤ ਜੇ ਕਿਤੇ ਨਾਮ ਵਿੱਚ ਮਿਲੇ, ਤੇ ਜੇ ਨਾਮ ਨਾ ਮਿਲੇ ਤੇ ਦੂਜਾ ਦਾਰੂ ਬਣ ਜਾਂਦਾ ਨਸ਼ੇ ਵਾਲਾ, ਬੰਦਾ ਕਮਲਾ ਹੋ ਜਾਂਦਾ ਦੁੱਖ ਵਿੱਚ। ਵਾਹਿਗੁਰੂ ਸ਼ਬਦ ਸ਼ੁਰੂ ਕਰ ਦਿੱਤਾ। ਭਾਈ ਸਾਹਿਬ ਦੀ ਰਚਨਾ ਵਿੱਚ ਇਹ ਲਿਖਿਆ ਹੈ,
ਕਹਿੰਦੇ ਨੇ ਇੱਕ ਦਿਨ ਲੰਘਿਆ, ਜਿਸ ਦਿਨ ਗਏ ਨੇ ਉਹ ਦਿਨ ਲੰਘਾ, ਰਾਤ ਪੈ ਗਈ ਤੇ ਖਿਆਲ ਵਾਰ ਵਾਰ ਉਧਰ ਹੀ ਸੀ ਕਿ ਉਹਦਾ ਭਲਾ ਹੋ ਜਾਏ। ਭਾਈ ਸਾਹਿਬ ਰਾਤ ਸੁੱਤੇ ਨੇ, ਇਹ ਗੁਰਮੁਖ ਸਿੱਖਿਆ ਵਿੱਚ ਆਪ ਜੀ ਨੂੰ ਪੜਨ ਲਈ ਮਿਲੇਗਾ। ਕਹਿੰਦੇ ਨੇ ਰਾਤ ਨੂੰ ਸੁਪਨਾ ਆਇਆ ਕਿ ਜਿਸ ਸੱਜਣ ਦੇ ਕੋਲ ਰਾਤ ਗਏ ਆ, ਸਵੇਰੇ ਗਏ ਆ, ਉਹ ਸੱਜਣ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਲਾਚੀ ਬੇਰ ਦੇ ਕੋਲ ਖਲੋਤਾ। ਲਾਚੀ ਬੇਰ ਆਪਾਂ ਸਾਰੇ ਸਮਝਨੇ ਆ ਨਾ ਕਿ ਜਿੱਥੇ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਨੇ ਘੋੜੇ ਬੰਨੇ ਤੇ ਬਿਲਕੁਲ ਦਰਸ਼ਨ ਡਿਊਟੀ ਦੇ ਨਾਲ ਲਾਚੀ ਬੇਰ ਕੋਲੋਂ ਸੱਜਣ ਖਲੋਤਾ ਤੇ ਭਾਈ ਸਾਹਿਬ ਨੂੰ ਦੇਖ ਕੇ ਮੁਸਕਰਾ ਪਿਆ। ਭਾਈ ਸਾਹਿਬ ਨੇ ਪੁੱਛਿਆ, ਸੁਪਨੇ ਚ ਹੀ ਤੇ ਮੈਂ ਕਿਤੇ ਵਕਤ ਮਿਲਿਆ? ਇਹ ਵੀ ਅਰਜ਼ ਕਰਾਂਗਾ, ਸੁਪਨਾ ਨਿਰਾਰਥਕ ਨਹੀਂ। ਜਿੱਦਣ ਕਮਾਈ ਵਾਲਾ ਸੁਪਨੇ ਵਿੱਚ ਕਿਤੇ ਝਲਕ ਦੇਦਾ, ਉਦਣ ਦੇਣੀ ਕਿਸੇ ਚਾਉ ਚ ਨਿਕਲਦਾ। ਸਤਿਗੁਰੂ ਨੇ ਕਿਹਾ, ਉਹ ਭਲਿਓ ਨਿੰਦਿਆ ਦੇ ਜਾਗਣ ਨਾਲੋਂ ਤਾਂ ਉਹ ਨੀਂਦ ਚੰਗੀ ਜਿਸ ਨੀਂਦ ਵਿੱਚ ਕਿਤੇ ਸੁਪਨੇ ਵਿੱਚ ਪਿਆਰਾ ਚੇਤੇ ਆ ਜਾਏ। ਅਸੀਂ ਪੜ੍ਹਦੇ ਹਾਂ, ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ, ਆਓ ਸੁਭਾਗੀ ਨੀਂਦੜੀਏ ਮਤ ਸੌ ਦੇਖਾ ਸੋਏ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਭਾਈ ਸਾਹਿਬ ਨੇ ਲਿਖਿਆ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਤਾਂ ਗਲਵੱਕੜੀ ਪਾਈ ਨਿਰਾ ਨੂਰ, ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ। ਸੁਪਨੇ ਵਿੱਚੋਂ ਸੱਜਣ ਮਿਲਿਆ ਜਿਹੜਾ ਸੁਬਾ ਦੁਖੀ ਸੀ। ਭਾਈ ਸਾਹਿਬ ਨੇ ਕਿਹਾ, ਕਿਵੇਂ ਤੇਰਾ ਤਾਂ ਸਰੀਰ ਬਿਲਕੁਲ ਠੀਕ? ਕਹਿਣ ਲੱਗਾ, ਭਾਈ ਸਾਹਿਬ ਜੀ ਮੈਂ ਇੱਕ ਨਾ ਬੇਨਤੀ ਕਰਨ ਆਇਆ। ਦੱਸੋ ਜੀ ਕੀ? ਧਿਆਨ ਦਿਆ ਜੇ ਜੀਅਰੇ ਓਲਾ ਨਾਮ ਕਾ, ਇਹ ਗੱਲ ਸਰੀਰ ਤੋਂ ਅਗਲੀ ਹੈ ਜਿੰਦ ਦੀ, ਇਹ ਤੇ ਬੁੱਧੀ ਦੇ ਤਲ ਤੇ ਬੰਦਾ ਇਹਨੂੰ ਛੇਤੀ ਸਮਝ ਵੀ ਨਹੀਂ ਸਕੇ ਕਿਉਂਕਿ ਮਸਲਾ ਜਿੰਦ ਦਾ ਹੈ। ਕਹਿਣ ਲੱਗੇ, ਭਾਈ ਸਾਹਿਬ ਤੁਸੀਂ ਕੱਲ ਆਏ, ਮੈਨੂੰ ਗੁਰੂ ਚੇਤੇ ਕਰਾਇਆ, ਧੰਨ ਗੁਰੂ ਨਾਨਕ ਸਾਹਿਬ ਯਾਦ ਕਰਾਏ। ਕਹਿਣ ਲੱਗੇ, ਗੁਰੂ ਰਾਮਦਾਸ ਨੇ ਕਿਰਪਾ ਕੀਤੀ, ਮੈਨੂੰ ਸਦਾ ਲਈ ਆਪਣੇ ਦਰਬਾਰ ਵਿੱਚ ਬੁਲਾ ਲਿਆ। ਮੈਂ ਉਹਦੇ ਘਰ ਚ ਪਹੁੰਚ ਗਿਆ, ਸੁਪਨਾ ਟੁੱਟਾ। ਭਾਈ ਸਾਹਿਬ ਉੱਠੇ, ਉਹਨਾਂ ਵਕਤ ਦੇਖਿਆ 1:13 ਲਿਖੇ ਨੇ, ਵੈਸੇ ਮੈਂ ਜ਼ਿਆਦਾ ਇਹ ਡਿਟੇਲ ਚ ਨਹੀਂ। ਨੌਕਰ ਭੇਜਿਆ ਸੁਬਾ ਕਿ ਉਹ ਸੱਜਣ ਦਾ ਪਤਾ ਕਰੋ, ਪਰਿਵਾਰ ਨੇ ਕਿਹਾ ਉਹ ਰਾਤੀ 1:15 ਦੇ ਕਰੀਬ ਸਰੀਰ ਛੱਡ ਗਿਆ। ਮੇਰੀ ਇੱਕ ਬੇਨਤੀ ਹੈ ਗੁਰਮੁਖੋ, ਐਨ ਨਹੀਂ ਰਹਿਣਾ ਜਿਹੜਾ ਮੈਨੂੰ ਤੇ ਤੁਹਾਨੂੰ ਦਿਸ ਰਿਹਾ, ਚਾਹੇ ਮੇਰਾ ਸਰੀਰ ਹੈ ਚਾਹੇ ਤੁਹਾਡਾ, ਇਹ ਤਾਂ ਇੱਕ ਮਿਲਿਆ ਕੱਪੜਾ, ਆ ਉੱਤੇ ਕੱਪੜੇ ਓਲਾ ਦਈ ਬੈਠਿਆ ਨੇ, ਕਿਤੇ ਰਹਿਣਾ? ਤੇ ਕਈ ਵਾਰੀ ਦੇਖੋ ਜਦੋਂ ਇਹਦੇ ਚੋਂ ਜਿੰਦ ਨਿਕਲਦੀ ਏ, ਲੋ ਤਪੀ ਹੋਵੇ ਜਾਂ ਧੂਣੀ ਤਪਾਈ ਹੋਵੇ, ਖੇਸੀ ਦੀ ਬੁੱਕਲ ਮਾਰੀ ਹੋਵੇ। ਸਾਡਾ ਇੱਕ ਪੇਂਡੂ ਸ਼ਬਦ ਸੀ ਖੇਸੀ, ਪਤਾ ਨੀ ਸਾਡੇ ਬਾਹਰ ਚ ਵਰਤਦੇ ਸਨ, ਇੱਕ ਖੇਸ ਤੋਂ ਬਣਿਆ ਖੇਸੀ, ਉਹ ਛੋਟੇ ਹੁੰਦੇ ਨਿਆਣਿਆਂ ਨੂੰ ਦਿੰਦੇ ਸਨ। ਜੇ ਕਿਤੇ ਚਾਦਰ ਨੂੰ ਅੱਗ ਲੱਗ ਜਾਏ ਤੇ ਸਾਰੇ ਦੌੜ ਕੇ ਭੱਜਣਗੇ, ਦੇਖੋ ਦੇਖੋ ਅੱਗ ਬੁਝਾਓ, ਜਿੰਨੀ ਦੇਰ ਤੱਕ ਜਿੰਦ ਹੈ ਚਿੰਗਾਰੀ ਲੱਗੇਗੀ ਸਾਰੇ ਬੁਝਾਣਗੇ, ਜਿੱਦਣ ਜਿੰਦ ਨਿਕਲ ਗਈ ਲੋਕ ਇਕੱਠੇ ਹੋ ਕੇ ਤੈਨੂੰ ਅੱਗ ਦੇ ਵਿੱਚ ਸੱਟਣ। ਯਾਦ ਰੱਖ, ਕੌਣ ਹੈ ਤੇਰਾ? ਸਰੀਰ ਦਾ ਤੇਰਾ ਕੋਈ ਨਹੀਂ, ਇਹ ਆਇਆ ਜ਼ਰੂਰ ਏ, ਇਹਨੇ ਵਾਪਸ ਜਾਣਾ ਨਹੀਂ। ਜਿੰਦ ਆਈ ਏ, ਜਿੰਦ ਨੇ ਤੁਰਨਾ। ਮਨਾ ਜੇ ਓਲਾ ਦੇਣਾ ਤੇ ਫਿਰ ਜਿੰਦ ਨੂੰ ਨਾਮ ਦਾ ਓਲਾ ਦੇ। ਸਤਿਗੁਰੂ ਨੇ ਕਿਹਾ, ਫਿਰ ਕਿੱਥੇ ਨਾਮ ਚੱਲਦਾ? ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਜੀਅਰੇ ਮਨ ਉਹਾ ਨਾਮ ਤੇਰਾ ਸੰਗ ਸਹਾਈ, ਜੈ ਮਾਂ ਭਿਆਨ ਦੂਤ ਜਮ ਦਲੈ
ਕੇਵਲ ਨਾਮ ਸੰਗ ਤੇਰਾ ਚੱਲੇ ਜੀ ਅਰੇ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨੀ ਮਨ ਤੇ ਜਿਨ੍ਹਾਂ ਕੋਲ ਨਾਮ ਹੈ ਜਿਨ੍ਹਾਂ ਕੋਲ ਸਿਮਰਨ ਹੈ ਜਾਣਾ ਤਾਂ ਉਹਨਾਂ ਵੀ ਏ ਪਰ ਜਦੋਂ ਉਹ ਦੁਨੀਆਂ ਤੋਂ ਤੁਰਦੇ ਨੇ ਧਰਮ ਰਾਜ ਵੀ ਨਮਸਕਾਰਾਂ ਕਰਦਾ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ਼ ਮਨ ਜਪੈ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਖਾਰ ਚਿੱਤਰ ਗੁਪਤ ਜੀਅਰੇ ਨਾਮ ਜਪ ਜੀਅਰੇ ਓਲਾ ਨਾਮ ਕਾ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ ਕਿਉਂਕਿ ਜੀਅਰੇ ਓਲਾ ਨਾਮ ਕਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ ਜਿਨ ਇਹ ਜਮਵਾ ਸਿਰਜਿਆ ਸੋ ਜਪਿਆ ਪਰਵਦਗਾ ਉਸ ਰੱਬ ਨੂੰ ਚੇਤੇ ਕੀਤਾ ਜਿਨੇ ਇਹ ਪੈਦਾ ਕੀਤਾ ਅਖੀਰ ਮੈਂ ਸਮਾਪਤੀ ਤੇ ਬੇਨਤੀ ਕਰਨ ਲੱਗਾ ਸਿਰ ਭਾਈ ਸਾਹਿਬ ਦਾ ਇੱਕ ਕਬਿੱਤ ਅਰਥ ਸੌਖੇ ਜੇ ਕਰਕੇ ਕਿਉਂਕਿ ਸਾਰੀ ਗੱਲ ਚੱਲੀ ਆਪਾਂ ਬੈਠੇ ਆ ਜਿੰਦ ਲਈ ਕੁਝ ਪਿਆਰਿਓ ਸਰੀਰ ਲਈ ਕੁਝ ਨੀ ਜੇ ਆ ਪੇਟੀਆਂ ਭਰਿਆ ਕੱਪੜਿਆਂ ਦਿੰਦੀਆਂ ਨੇ ਲੋਕੀ ਤਾਂ ਤੁਰਦੇ ਅਰਥੀ ਉੱਤੇ ਕੱਪੜੇ ਵੀ ਨੀ ਪਾਉਂਦੇ ਕਹਿੰਦੇ ਨੇ ਰਹਿਣ ਦਿਓ ਜਿਹੜੇ ਸੀਤੇ ਨੇ ਬਾਜ਼ਾਰ ਵਿੱਚੋਂ ਚਿੱਟਾ ਕੱਪੜਾ ਲਿਓ ਉਹਨੂੰ ਸੀਂਦੇ ਵੀ ਕੋਈ ਨੀ ਉਹਨੂੰ ਵੀ ਪਾੜ ਕੇ ਕਿੰਨਾ ਲਾਲਚ ਉਹੀ ਖੱਫਣ ਪਾੜ ਕੇ ਗੰਢਾ ਦੇਈ ਜਾਂਦੇ ਨੇ ਕਿਹੜਾ ਹੈ ਆਪਣਾ ਨਾਮ ਹੈ ਤੇਰਾ ਗੁਰੂ ਨਾਨਕ ਸਾਹਿਬ ਹੈ ਤੇਰਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਤੇਰਾ ਮੇਰੀ ਇਹ ਜਿੰਦੇ ਸਰੀਰ ਸੜੇਗਾ ਅੱਗ ਵਿੱਚ ਰੋੜਨਗੇ ਜਾਏਗਾ ਪਾਣੀ ਵਿੱਚ ਦੱਬਣਗੇ ਰੁੜੇਗਾ ਖਾਕ ਵਿੱਚ ਪਰ ਜਦੋਂ ਜਿੰਦ ਨਾਲ ਨਾਮ ਹੋਵੇਗਾ ਸਰੀਰ ਰੁੜਦਾ ਰਹੇ ਪਾਣੀ ਵਿੱਚ ਨਾਮ ਤਾਂ ਜਿੰਦ ਨੂੰ ਲੈ ਕੇ ਪਰਮਾਤਮਾ ਦੇ ਘਰ ਚਲਾ ਜਾਏ ਗੁਰ ਕਾ ਬਚਨ ਬਸੈ ਜੀ ਨਾਲੇ ਜੀ ਅਰੇ ਓਲਾ ਨਾਮ ਕਾ ਗੁਰ ਕਾ ਬਸਨ ਬਸੈ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨੀ ਲੇਵੈ ਭਾਏ ਨਾ ਸਾਕੈ ਜਲ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਜੀ ਅਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਸਿਰਫ ਅਖੀਰ ਭਾਈ ਸਾਹਿਬ ਦੀ ਰਚਨਾ ਗੁਰਦਾਸ ਸਾਹਿਬ ਉਹਨਾਂ ਨੂੰ ਕਿਸੇ ਪੁੱਛਿਆ ਭਾਈ ਸਾਹਿਬ ਜੀ ਨੂੰ ਕਹਿਣ ਲੱਗੇ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਹੁਣ ਕੀਤੀਆਂ ਨੇ ਵੀ ਮੌਤ ਤਾਂ ਸਭ ਨੂੰ ਆਉਣੀ ਹੈ ਆ ਜੋ ਤੁਸੀਂ ਕਹਿੰਦੇ ਹੋ ਨਾਮ ਸਹਾਰਾ ਬਾਣੀ ਸਹਾਰਾ ਇਹ ਕਿਵੇਂ ਹੋ ਸਕਦਾ ਸ਼ਮਸ਼ਾਨ ਘਾਟ ਦਾ ਸ਼ੈੱਡ ਵੀ ਇੱਕੋ ਫੱਟਾ ਵੀ ਇੱਕੋ ਗੁਰਮੁਖ ਵੀ ਸਵਾਸ ਨਿਕਲਦੇ ਦੇ ਮਨਮੁਖ ਦੇ ਵੀ ਤੇ ਫਰਕ ਕਿਵੇਂ ਭਾਈ ਸਾਹਿਬ ਨੇ ਤਿੰਨ ਬਚਨ ਕਹੇ ਕਹਿਣ ਲੱਗੇ ਕੋਰਾ ਕਾਗਜ਼ ਮੀਂਹ ਪੈਂਦਾ ਹੋਵੇ ਬਾਹਰ ਰੱਖੋ ਪਾਣੀ ਦੀਆਂ ਬੂੰਦਾਂ ਕੋਰੇ ਕਾਗਜ਼ ਨੂੰ ਗਾਲ ਦੇਣਗੀਆਂ ਪਰ ਜੇ ਉਸੇ ਕਾਗਜ਼ ਨੂੰ ਘਿਓ ਵਿੱਚ ਭਿਓ ਕੇ ਰੱਖ ਦਿਓ ਤੇ ਪਾਣੀ ਉਹਨੂੰ ਛੇਤੀ ਕੀਤਿਆਂ ਗਾਲ ਨਹੀਂ ਸਕਦਾ ਘਿਓ ਨਾਲ ਭਿੱਜੇ ਹੋਏ ਕਾਗਜ਼ ਛੇਤੀ ਨਹੀਂ ਗਲਦੇ ਇਕੱਲਾ ਜਾਏਗਾ ਮੌਤ ਗਾਲ ਕੇ ਰੱਖ ਦੇਗੀ ਅੰਦਰ ਨੂੰ ਜੇ ਸ਼ਬਦ ਨਾਲ ਭਿੱਜਾ ਹੋਵੇਗਾ ਸੱਚ ਏਵੇ ਮੌਤ ਵੀ ਤੇਰਾ ਕੁਝ ਨਹੀਂ ਵਿਗਾੜ ਸਕੇ ਜੇ ਇਕੱਲਾ ਲੋਹਿਆ ਜਾਏਗਾ ਤੇ ਪਾਣੀ ਜ਼ਰੂਰ ਡੋਬੇਗਾ ਜੇ ਲੱਕੜ ਨਾਲ ਹੋਵੇਗੀ ਤੇ ਲੋਹੇ ਨੂੰ ਪਾਣੀ ਵੀ ਡੋਬ ਨਹੀਂ ਸਕੇਗਾ ਇਕੱਲਾ ਆਪਣੀ ਮਰਤ ਵਰਤ ਵਰਤੇਗਾ ਜ਼ਰੂਰ ਡੁੱਬੇਗਾ ਜੇ ਸ਼ਬਦ ਦਾ ਸਹਾਰਾ ਲਏਗਾ ਤੈਨੂੰ ਭਵ ਸਾਗਰ ਵੀ ਨਹੀਂ ਡੋਬ ਸਕੇ ਭਾਈ ਆਓ ਮੇਰੀ ਇੱਕ ਬੇਨਤੀ ਹੈ ਨਾਮ ਵਾਲੇ ਪਾਸੇ ਤੁਰੀਏ ਜ਼ਿੰਦਗੀ ਵਿੱਚ ਨਾਮ ਹੁਣ ਇੱਕ ਬੇਨਤੀ ਕਰਾਂ ਮੈਂ ਕਿਸੇ ਦਾ ਵਿਰੋਧੀ ਨਹੀਂ ਪਰ ਮੈਨੂੰ ਇੰਨਾ ਹੱਕ ਹੈ ਮੈਂ ਆਪਣੇ ਗੁਰੂ ਦੀ ਸਿਫਤ ਰੱਜ ਕੇ ਕਰਾਂ ਸਤਿਗੁਰੂ ਵੱਡਾ ਕਰ ਸਹਲਾਈ ਹੈ ਯਾਦ ਰੱਖਿਓ
ਧੁਰ ਦਰਗਾਹ ਤੋਂ ਗੁਰੂ ਦੀ ਪਦਵੀ ਮਿਲਦੀ ਹੈ। ਗੁਰੂ ਧੁਰ ਦਰਗਾਹ ਤੋਂ ਬਣ ਕੇ ਆਉਂਦਾ ਹੈ, ਤਾਂ ਹੀ ਤਾਂ ਕਿਹਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸਤਿਗੁਰ ਨਾਨਕ ਪ੍ਰਗਟਿਆ, ਕੱਲਾ ਨਾਨਕ ਪ੍ਰਗਟਿਆ ਨਹੀਂ ਗਿਆ। ਕੱਲ ਤਾਰਨ ਗੁਰ ਨਾਨਕ ਆਇਆ, ਕੱਲਾ ਨਾਨਕ ਪਦ ਨਹੀਂ, ਧੁਰ ਦਰਗਾਹ ਤੋਂ ਗੁਰੂ ਬਣੇ ਨੇ। ਤੇ ਜਿਹੜਾ ਅਸੀਂ ਵਾਹਿਗੁਰੂ ਸ਼ਬਦ ਜਪਨੇ ਆ, ਅਸੀਂ ਲੁਕਾਉਂਦੇ ਨਹੀਂ, ਸਿੱਧੀ ਜੀ ਗੱਲ। ਪਰ ਯਾਦ ਰੱਖਿਓ, ਇਹ ਸ਼ਬਦ ਤਾਂ ਫਲੀ ਪੂਤ ਹੋਣਾ ਜੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲਾਂਗੇ। ਹੁਣ ਕਈ ਇਹ ਕਹਿਣਗੇ, ਦੇਖੋ ਸਵਾਲ ਕਰਦੇ ਆ ਫੋਨ ਕਰਕੇ, ਜੀ ਮੈਂ ਜੇ ਅਸੀਂ ਅੰਮ੍ਰਿਤ ਨਹੀਂ ਛਕਾਂਗੇ, ਇਹਨੂੰ ਅੰਮ੍ਰਿਤ ਨੂੰ ਵੱਖਵਾਦੀ ਜਾਂ ਮਜਬੂਰੀ ਨਾ ਸਮਝੋ। ਅੰਮ੍ਰਿਤ ਉਹ ਰੱਬ ਦੀ ਪਾਰਸ ਕਲਾ ਹੈ ਕਿ ਜਦੋਂ ਅੰਦਰ ਪ੍ਰਵੇਸ਼ ਕਰ ਜਾਏ, ਨਾਮ ਦਾ ਅਭਿਆਸ ਰੋਜ਼ ਹੋਣ ਲੱਗ ਪਵੇ, ਜਿਹੜਾ ਖੰਡਾ ਬਾਹਰ ਅੰਮ੍ਰਿਤ ਤਿਆਰ ਕਰਦਾ ਹੈ, ਉਹ ਅੰਦਾ ਖੰਡਾ ਖੜਕਣ ਲੱਗੇ ਤੇ ਅੰਦਰ ਅੰਮ੍ਰਿਤ ਦੇ ਝਰਨੇ ਚੱਲਣ ਲੱਗ ਪੈਂਦੇ। ਉਹ ਹੈ ਨਾਮ ਸਿਮਰਨ। ਇੱਥੇ ਸਿਰਫ ਇੱਕੋ ਬੇਨਤੀ ਕਰਕੇ ਸਮਾਪਤੀ ਹੈ ਕਿ ਗੁਰੂ ਤੋਂ ਬਿਨਾਂ ਕਿਸੇ ਨੇ ਬਾਹ ਨਹੀਂ ਜੇ ਪਕੜਨੀ ਪਿਆਰਿਓ। ਦੇਖੋ ਸਿੱਧੀ ਜੀ ਗੱਲ ਹੈ, ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਕਿਸੇ ਨੇ ਸਤਿਗੁਰੂ ਤੋਂ ਬਿਨਾਂ ਨਹੀਂ ਪਾਇਆ ਅੱਜ ਤੱਕ। ਤੇ ਆਪਾਂ ਜੇ ਨਾਮ ਵਾਲੇ ਪਾਸੇ ਤੁਰਨਾ, ਇਹ 'ਚ ਕੋਈ ਸ਼ੱਕ ਨਹੀਂ, ਵਾਹਿਗੁਰੂ ਸ਼ਬਦ ਜਪਦਿਆਂ ਜਪਦਿਆਂ ਚਾਓ ਬਣੇਗਾ। ਪਰ ਨਾਮ ਦਾ ਦਾਤਾ ਸਤਿਗੁਰੂ ਹੈ। ਜਿੱਦਣ ਸਤਿਗੁਰੂ ਤੋਂ ਲਾਂਗੇ ਨਾਮ ਦੀ ਦਾਤ, ਰੋਜ਼ ਕਰਾਂਗੇ ਅਭਿਆਸ, ਚੇਤੇ ਰੱਖਿਓ ਜਪਿਆ ਹੋਇਆ ਫਲੀ ਪੂਤ ਜ਼ਰੂਰ ਹੋਵੇ।